Band! General Trot! Rashtriya Chalot! Chalot! श्रीमान परेड का विसर्जन करने की आज्ञा चाहता हूं। सचिव परेड विषम ਜਿਸ ਤਰ੍ਹਾਂ ਦਾ ਸੰਵਿਧਾਨ ਅਸੀਂ ਸਿਰਜਿਆ ਤੇ ਜਦੋਂ ਅਸੀਂ 1947 ਸਾਨੂੰ ਆਜ਼ਾਦੀ ਮਿਲੀ ਉਸ ਤੋਂ ਬਾਅਦ ਜੋ ਸੰਵਿਧਾਨ ਬਣਾਉਣ ਦਾ ਕੰਮ ਹੋਇਆ ਜਿਸ ਢੰਗ ਨਾਲ ਉਹ ਕੀਤਾ ਗਿਆ ਤੇ ਜਿਸ ਤਰ੍ਹਾਂ ਦੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਪ੍ਰਿੰਸੀਪਲਸ ਲਾਜ਼ ਦੇਸ਼ ਨੂੰ ਚਲਾਉਣ ਦੇ ਤਰੀਕੇ ਉਹ ਚੰਕਿਤ ਨੇ ਉਹ ਆਪਣੇ ਆਪ 'ਚ ਦੁਨੀਆ ਦੇ ਬਹੁਤ ਵਧੀਆ ਸੰਵਿਧਾਨਾਂ 'ਚੋਂ ਗਿਣਿਆ ਜਾਂਦਾ ਸਾਨੂੰ ਇੱਥੇ ਪਹਿਲੇ 'ਤੇ ਮਾਣ ਮਹਿਸੂਸ ਕਰਨਾ ਪਏ ਮੁੱਖ ਰੂਪ 'ਚ ਤਾਂ ਅਸੀਂ ਉਸ ਸੰਵਿਧਾਨ ਦੇ ਉੱਤੇ ਚੱਲ ਰਹੇ ਹਾਂ ਪਰ ਕੀ ਵਾਕਈ ਅਸੀਂ ਉਹਦੇ ਵਿੱਚ ਜੋ ਅੰਕਿਤ ਹੈ ਉਹਨੂੰ ਅਪਣਾਇਆ ਪੂਰੀ ਤਰੀਕੇ ਨਾਲ ਅਪਣਾਇਆ ਜਾਂ ਅਪਣਾ ਰਹੇ ਹਾਂ ਜਾਂ ਅਪਣਾ ਲਿਆ ਹੈ ਤੇ ਸਾਨੂੰ ਸਾਫ਼ ਦਿਸੇਗਾ ਕਿ ਸਾਨੂੰ ਇਹ ਬਹੁਤ ਕੁਝ ਹੋਰ ਕਰਨ ਦੀ ਲੋੜ ਹੈ ਆਓ ਅੱਜ ਫਿਰ ਇਹ ਅਹਿਦ ਲਈਏ ਕਿ ਅਸੀਂ ਆਪਣੇ ਸੰਵਿਧਾਨ ਨੂੰ ਆਪਣੀ ਯੂਨੀਵਰਸਿਟੀ ਦੇ ਸੰਵਿਧਾਨ ਨੂੰ ਮੰਨਦੇ ਹੋਏ ਆਪਣਾ ਕੰਮ ਬਾਖੂਬੀ ਕਰੀਏ ਤਾਂ ਕਿ ਇਹ ਸੰਸਥਾ ਪੰਜਾਬ ਸਾਰਾ ਦੇਸ਼ ਅੱਗੇ ਵੱਧ ਸਕੇ ਪੰਜਾਬੀ ਯੂਨੀਵਰਸਿਟੀ ਵਿੱਚ ਕੰਮ ਕਰਦੇ ਸਾਰੇ ਅਧਿਕਾਰੀਆਂ ਕਰਮਚਾਰੀਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਮੈਂ ਉਮੀਦ ਕਰਦੀ ਹਾਂ ਕਿ ਇਸ ਗਣਤੰਤਰ ਦਿਵਸ 'ਤੇ ਆਪਾਂ ਸਾਰੇ ਇਹ ਇੱਕ ਪ੍ਰਣ ਕਰੀਏ ਕਿ ਆਪਾਂ ਆਪਣਾ ਕੰਮ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਪ੍ਰਕਿਰਿਆ ਔਰ ਆਪਣਾ ਕੰਮ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਕਰੀਏ